मैं धन्यवाद करती हूँ पहला तो इतने पहुँचने तो साडे जिहड़े इत्थों दे मुख मेहमान आ राजविंदर सिंह जी उन्होंने सहयोग नाल असीं जिहड़ा पिंड दा टूरनामेंट कराउण विच जिहड़ा असीं कामयाब होए आ। उन्होंने अज तो 9 साल पहला एक पहल की सी पिंड वास्ते भी जिहड़े पिंड दे नौजवान आ उह नशियां तों दूर रहण, ते अज उह 10वां टूरनामेंट इत्थे करा रहे आ। उह गुरु ਵਿੱਚ ਵਿਸਾਖੀ ਦੇ ਮੌਕੇ 'ਤੇ ਜਿਹੜੇ ਇੱਥੇ ਨਸ਼ਿਆਂ ਤੋਂ ਨੌਜਵਾਨਾਂ ਨੂੰ ਰਹਿਤ ਹੋਣਗੇ ਉਹਨਾਂ ਨੂੰ ਸਨਮਾਨਿਤ ਵੀ ਕਰਨਗੇ, ਜਿਹੜੀਆਂ ਟੀਮਾਂ ਆਈਆਂ ਉਹਨਾਂ ਨੂੰ ਵੀ ਵਧੀਆ ਸਨਮਾਨਿਤ ਕਰਨਗੇ। ਸਾਡੇ ਇੱਥੋਂ ਗੁਰੂ ਸਾਹਿਬ ਦੀ ਕਮੇਟੀ, ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸਰਦਾਰ ਅਮਰ ਸਿੰਘ ਜੀ ਸਾਡਾ ਵਧੀਆ ਸਹਿਯੋਗ ਦੇ ਰਹੇ ਆ। ਮੈਂ ਅੱਗੇ ਰਿਕੁਐਸਟ ਕਰਦੀ ਹਾਂ ਵੀ ਰਾਜਵਿੰਦਰ ਸਿੰਘ ਚੇਅਰਮੈਨ ਸਾਹਿਬ ਨੂੰ ਵੀ ਅੱਗੇ ਤੋਂ ਵੀ ਸਾਡੇ ਪਿੰਡ 'ਚ ਜਿਹੜਾ ਟੂਰਨਾਮੈਂਟ ਆ ਇੱਥੇ ਕਰਾਇਆ ਜਾਵੇ। ਪਹਿਲਾਂ ਤਾਂ ਇੱਥੇ ਆਈਆਂ ਹੋਈਆਂ ਸੰਗਤਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਜੋ ਸਾਡਾ ਵਿਸਾਖੀ ਦਾ ਮੇਲਾ ਇਤਿਹਾਸਕ ਮੇਲਾ ਜੀ ਸਾਡਾ ਇਹ, ਅਤੇ ਬਾਕੀ ਮੈਂ ਇੱਥੇ ਰਾਜਵਿੰਦਰ ਸੋਢੀ ਜੀ ਸਾਡੇ ਚਾਚਾ ਜੀ ਵੀ ਆ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਕਹਿੰਦਾ ਵੀ 10 ਲੱਖ ਰੁਪਏ ਤੱਕ ਵੀ ਮੈਂ ਸਹਿਯੋਗ ਦੇਊਂਗਾ ਆਪਣੇ ਟੂਰਨਾਮੈਂਟ ਦੇ। ਯਾਨੀ ਕਿ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਲਾਉਣਾ ਭਾਵੇਂ ਪੈਸੇ ਦੀ ਕੋਈ ਕਮੀ, ਇਹਨਾਂ ਨੂੰ ਇਹ ਆ ਵੀ ਸਾਰੇ ਰਲ ਮਿਲ ਕੇ ਵੀ ਵਧੀਆ ਮੇਲਾ ਹੋਵੇ ਜੀ, ਕੋਈ ਪਾਰਟੀ ਬਾਜ਼ੀ ਨਹੀਂ ਇਹਦੇ ਵਿੱਚ, ਸਾਰੀ ਪਾਰਟੀ ਬਾਜ਼ੀਆਂ ਖਤਮ ਕਰਕੇ ਅਸੀਂ ਬਹੁਤ ਵਧੀਆ ਟੂਰਨਾਮੈਂਟ ਕਰਾ ਰਹੇ ਹਾਂ ਜੀ। ਬਾਕੀ ਸਾਡੇ ਜਿਵੇਂ ਦੇਸੀ ਪੇਂਡੂ ਖੇਡਾਂ ਹੋ ਰਹੀਆਂ ਪਹਿਲੀ ਵਾਰ ਹੋ ਰਹੀਆਂ ਜੀ। ਮੇਰਾ ਪਿੰਡ ਹੀ ਸਲੀਣਾ ਵੈਸੇ ਮੁੱਖ ਮਹਿਮਾਨ ਬਣਾਤਾ, ਅੱਜ ਤੋਂ 9 ਸਾਲ ਪਹਿਲਾਂ ਇਹ ਐਤਕੀ 10ਵਾਂ ਟੂਰਨਾਮੈਂਟ ਆ, 9 ਸਾਲ ਕਰੋਨਾ ਦੇ ਵਿੱਚ 2 ਸਾਲ ਦੇ ਅਸੀਂ ਕਰਵਾਇਆ ਇਹ। ਉਦੋਂ ਤੋਂ ਸ਼੍ਰੀ ਗੁਰੂ ਰਾਮ ਸਿੰਘ ਪ੍ਰੇਰਿਤ ਗੁਰਦੁਆਰਾ ਹੈ, ਉਹਨਾਂ ਦੀ ਚਰਨ ਛੂਹ ਪ੍ਰਾਪਤ ਗੁਰਦੁਆਰਾ, ਉਹਦਾ ਸਿੱਖੀ ਸਿਧਾਂਤਾਂ ਦੇ ਅਨੁਸਾਰ ਅੱਜ ਮਤਲਬ ਉਹਨਾਂ ਨੇ ਸਿੰਘ ਸਾਜਿਆ, ਪੰਥ ਸਾਜਿਆ, ਉਸ ਦੀ ਖੁਸ਼ੀ ਦੇ ਵਿੱਚ ਅਸੀਂ ਹਰੇਕ ਸਾਲ ਮਨਾਉਂਦੇ ਹਾਂ ਟੂਰਨਾਮੈਂਟ। ਨਸ਼ਿਆਂ ਤੋਂ ਜਿਵੇਂ ਦਲ ਦੇ ਵਿੱਚ ਦੰਦੇ ਸੀਗੇ ਉਸ ਨੂੰ ਪ੍ਰੇਰਿਤ ਕਰਕੇ ਹੋਰ ਨਵੀਆਂ ਗੇਮਾਂ ਵੀ ਲਿਆਂਦੀਆਂ, ਅੱਗੇ ਇਕੱਲੀ ਕਬੱਡੀ ਹੁੰਦੀ ਸੀ, ਇਸ ਤੋਂ ਅਗਲੇ ਸਾਲ ਹੋਰ ਐਤਕੀ ਸਟਰੋਂਗਮੈਨ ਕਰਾ ਰਹੇ ਹਾਂ, ਅੱਗੇ ਤੋਂ ਅਸੀਂ ਹੋਰ ਗੇਮਾਂ ਵੀ ਲੈ ਕੇ ਆਵਾਂਗੇ, ਜਿੰਨਾ ਵੀ ਪਿੰਡ ਦਾ ਉਸਤਾਦ ਮਤਲਬ ਨਾਲ ਸਾਥ ਦੇਊਗਾ ਉਸ ਤੋਂ ਅੱਗੇ ਅਸੀਂ ਵਧਾਉਂਦੇ ਜਾਵਾਂਗੇ ਇਸ ਨੂੰ।